ਦਾ ਜਿੰਨਾ ਨੁਕਸਾਨ ਹੋਵੇ ਅਸਲਾਮ ਅਲੈਕੁਮ। ਹੱਸਦੇ ਰਹੋ, ਵਸਦੇ ਰਹੋ, ਜੀਂਦੇ ਰਹੋ। ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ ਔਰ ਤੁਹਾਨੂੰ ਦੱਸਦਾ ਜਾਵਾਂ, ਇਹ ਫਿਲਮ ਤੁਹਾਨੂੰ ਯੂਟਿਊਬ 'ਤੇ ਨਹੀਂ ਮਿਲੇਗੀ। ਉਸ ਫਿਲਮ ਦਾ ਨਾਮ ਹੈ ਧੀ ਰਾਣੀ। 19 ਅਪ੍ਰੈਲ 1985 ਬਰੋਜ਼ ਜਮਾਂ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਧੀ ਰਾਣੀ। ਇਸ ਫਿਲਮ ਨੂੰ ਇਸਮਾਈਲ ਪ੍ਰੋਡਕਸ਼ਨ ਨੇ ਰਿਲੀਜ਼ ਕੀਤਾ ਸੀ ਅਤੇ ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਹੈ। ਔਰ ਇਸ ਫਿਲਮ ਦੇ ਅਦਾਕਾਰ ਹਨ ਯੂਸਫ ਖਾਨ, ਅੰਜਮਨ, ਮੁਮਤਾਜ਼, ਅਲੀ ਜਾਜ਼, ਨੰਨਾ, ਨਾਜ਼ਲੀ, ਸ਼ਾਹਿਦਾ ਮਿਨੀ, ਆਗਾ ਤਾਲਿਸ਼, ਅਲਿਆਸ ਕਸ਼ਮੀਰੀ ਅਤੇ ਨੀਲੋ। ਹਦਾਇਤ ਇਲਤਾਫ ਹੁਸੈਨ, ਫਿਲਮਸਾਜ਼ ਇਸਮਾਇਲ ਚੌਧਰੀ, ਮਿਊਜ਼ਿਕ ਦਿੱਤਾ ਹੈ ਵਜਾਤ ਅਤਰੇ ਨੇ ਅਤੇ ਇਹਦੀ ਕਹਾਣੀ ਲਿਖੀ ਹੈ ਬਸ਼ੀਰ ਨਿਆਜ਼ ਨੇ। ਇਸ ਫਿਲਮ ਦੇ ਅੰਦਰ ਜਿਹੜਾ ਟਾਈਟਲ ਰੋਲ ਹੈ ਉਹ ਅਦਾਕਾਰ ਮੁਮਤਾਜ਼ ਨੇ ਅਦਾ ਕੀਤਾ ਹੈ ਔਰ ਮੁਮਤਾਜ਼ ਨੇ ਇਸ ਫਿਲਮ ਦੇ ਅੰਦਰ ਬੜਾ ਹੀ ਸ਼ਾਨਦਾਰ ਔਰ ਬੜਾ ਹੀ ਅੱਛਾ ਕੰਮ ਕੀਤਾ ਹੈ। ਔਰ ਇਸ ਤੋਂ ਇਲਾਵਾ ਇਸ ਫਿਲਮ ਦੀ ਕਹਾਣੀ ਬੜੀ ਜ਼ਬਰਦਸਤ ਹੈ। ਇਸ ਫਿਲਮ ਦਾ ਮਿਊਜ਼ਿਕ ਬੜਾ ਲਾਜਵਾਬ ਹੈ। ਜਿਨ੍ਹਾਂ ਨੇ ਮਿਲਾ ਕੇ ਇਸ ਫਿਲਮ ਨੂੰ ਸੁਪਰ ਹਿੱਟ ਕੀਤਾ ਹੈ। ਵੈਸੇ ਤਾਂ ਸਾਰੇ ਗਾਣੇ ਆਪਣੀ ਜਗ੍ਹਾ ਇੱਕ ਤੋਂ ਇੱਕ ਵੱਧ ਕੇ ਗਾਣਾ ਹੈ, ਜਿਸ ਤਰ੍ਹਾਂ ਕਿ ਤੱਕ ਵੇ ਬਦਾਮੀ ਨੈਣਾ ਵਾਲਿਆ, ਮੈਂ ਹੋਈ ਡਿਸਕੋ ਦੀਵਾਨੀ, ਦੱਸ ਮੈਂ ਕੀ ਪਿਆਰ ਵਿੱਚ ਖਟਿਆ, ਔਰ ਇਸੇ ਤਰ੍ਹਾਂ ਬਾਕੀ ਜਿਹੜੇ ਗਾਣੇ ਸਾਰੇ ਸ਼ਾਨਦਾਰ ਗਾਣੇ ਨੇ, ਸਾਰੇ ਸੁਪਰ ਹਿੱਟ ਗਾਣੇ ਨੇ ਔਰ ਸਾਰੇ ਗਾਣੇ ਗਲੀ ਗਲੀ ਜਗ੍ਹਾ ਜਗ੍ਹਾ ਵੱਜੇ ਔਰ ਧੂਮ ਮਚਾਈ ਆਪਣੇ ਦੌਰ ਵਿੱਚ ਇਹਨਾਂ ਗਾਣਿਆਂ ਨੇ। ਔਰ ਇਸ ਤੋਂ ਇਲਾਵਾ ਇਸ ਫਿਲਮ ਦੇ ਅੰਦਰ ਅਦਾਕਾਰ ਯੂਸਫ ਖਾਨ ਨੇ ਅੱਛੂ ਬਦਮਾਸ਼ ਦਾ ਕਿਰਦਾਰ ਅਦਾ ਕੀਤਾ ਹੈ। ਔਰ ਸਭ ਤੋਂ ਜ਼ਿਆਦਾ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਧੀ ਰਾਣੀ ਦੇ ਟਾਈਟਲ ਰੋਲ ਵਿੱਚ ਅਦਾਕਾਰ ਮੁਮਤਾਜ਼ ਨੇ ਧੀ ਰਾਣੀ ਦਾ ਟਾਈਟਲ ਰੋਲ ਅਦਾ ਕੀਤਾ ਹੈ। ਔਰ ਆਗਾ ਤਾਲਿਸ਼ ਅਤੇ ਤਲਤ ਸਦੀਕੀ ਨੇ ਇਸ ਫਿਲਮ ਦੇ ਅੰਦਰ ਰਾਣੀ ਯਾਨੀ ਕਿ ਮੁਮਤਾਜ਼ ਦੇ ਵਾਲਦੈਨ ਦਾ ਕਿਰਦਾਰ ਅਦਾ ਕੀਤਾ ਹੈ। ਔਰ ਅੱਛੂ ਬਦਮਾਸ਼ ਦੇ ਵਾਲਦ ਵੀ ਆਗਾ ਤਾਲਿਸ਼ ਔਰ ਤਲਤ ਸਦੀਕੀ ਆਉਂਦੇ ਨੇ, ਕਿਉਂਕਿ ਅੱਛੂ ਬਦਮਾਸ਼ ਹੁੰਦਾ ਹੈ, ਇਸ ਵਾਸਤੇ ਉਹਦੇ ਪਿਓ ਨੇ ਉਹਨੂੰ ਘਰੋਂ ਕੱਢਿਆ ਹੁੰਦਾ ਹੈ। ਜਿਹੜਾ ਲਿਆਸ ਕਸ਼ਮੀਰੀ ਉਹਦਾ ਨਾਮ ਖੁਸ਼ਹਾਲ ਹੁੰਦਾ ਹੈ ਅਤੇ ਉਹ ਤੇ ਆਗਾ ਤਾਲਿਸ਼ ਬਚਪਨ ਦੇ ਸਾਥੀ ਹੁੰਦੇ ਨੇ, ਬਚਪਨ ਦੇ ਸਗਨੀ ਹੁੰਦੇ ਨੇ, ਬਚਪਨ ਦੇ ਬੇਲੀ ਹੁੰਦੇ ਨੇ। ਔਰ ਉਹ ਕਾਫੀ ਅਰਸੇ ਤੋਂ ਬਾਅਦ ਆਗਾ ਤਾਲਿਸ਼ ਦੇ ਘਰ ਆਉਂਦਾ ਹੈ ਔਰ ਆ ਕੇ ਉਹਦੇ ਕੋਲੋਂ ਉਹਦੀ ਧੀ ਦਾ ਰਿਸ਼ਤਾ ਮੰਗਦਾ ਹੈ। ਉਹਦਾ ਪਿਓ ਨੂੰ ਦੱਸਦਾ, ਜਿਹੜਾ ਆਗਾ ਤਾਲਿਸ਼ ਹੁੰਦਾ ਉਹ ਉਹਨੂੰ ਦੱਸਦਾ, ਯਾਰ ਕਿ ਮੈਂ ਗਰੀਬ ਹਾਂ ਅਤੇ ਤੂੰ ਬਹੁਤ ਅਮੀਰ ਹੈ ਅਤੇ ਤੇਰਾ ਮੇਰਾ ਜੋੜ ਨਹੀਂ ਹੈ। ਔਰ ਆਖਿਰਕਾਰ ਉਹ ਲਿਆਸ ਕਸ਼ਮੀਰੀ ਦੇ ਮਜਬੂਰ ਕਰਨ 'ਤੇ ਇਹ ਰਿਸ਼ਤਾ ਕਬੂਲ ਕਰ ਲੈਂਦਾ ਹੈ। ਪਰ ਜਦੋਂ ਉਹ ਘਰ ਵਾਪਸ ਆਉਂਦਾ ਤਾਂ ਉਹਦੇ ਘਰ ਵਾਲੇ ਇਸ ਰਿਸ਼ਤੇ 'ਤੇ ਇਤਰਾਜ਼ ਕਰਦੇ ਨੇ, ਕਿਉਂਕਿ ਜਿਹੜੀ ਉਹਦੀ ਬੀਵੀ ਆਉਂਦੀ ਹੈ ਨੀਲੋ ਅਤੇ ਉਹਦੀਆਂ ਦੋ ਧੀਆਂ ਆਉਂਦੀਆਂ ਨੇ, ਸ਼ਾਹਿਦਾ ਮਿਨੀ ਔਰ ਨਾਜ਼ਲੀ, ਔਰ ਉਹ ਮਾਡਰਨ ਆਉਂਦੀਆਂ ਔਰ ਵਿਗੜੀਆਂ ਤਿਗੜੀਆਂ ਆਉਂਦੀਆਂ ਨੇ ਔਰ ਕੋਈ ਵੀ ਉਹਨਾਂ ਦਾ ਕੰਮ ਸਿੱਧਾ ਨਹੀਂ ਹੁੰਦਾ।
ਉਹਨਾਂ ਦਾ ਬੇਟਾ ਆਉਂਦਾ ਖੁਰਮ ਅਲੀ ਜਾਜ਼, ਉਹ ਵੀ ਆਪਣੀ ਮਾਂ ਦੀ ਤਰ੍ਹਾਂ ਵਿਗੜਿਆ ਆਉਂਦਾ ਔਰ ਕਿਸੇ ਵੀ ਦਿਹਾਤੀ ਲੜਕੀ ਦੇ ਨਾਲ ਉਹ ਸ਼ਾਦੀ ਕਰਨਾ ਨਹੀਂ ਚਾਹੁੰਦਾ। ਪਰ ਜਦੋਂ ਉਹਦਾ ਪਿਓ ਨੂੰ ਜਾਇਦਾਦ ਤੂੰ ਆਪ ਕਰਨੇ ਦਾ ਕਹਿੰਦਾ, ਤਾਂ ਜਦੋਂ ਉਹਨੂੰ ਮਾਂ ਸਮਝਾਉਂਦੀ ਹੈ ਕਿ ਬੈਂਕ ਬੈਲੈਂਸ ਵੀ ਪਿਓ ਦਾ ਵੇ, ਕਾਰੋਬਾਰ ਵੀ ਪਿਓ ਦਾ, ਅਤੇ ਅਸੀਂ ਕੁਛ ਨਹੀਂ ਕਰ ਸਕਦੇ, ਅਤੇ ਆਪਣੇ ਪਿਓ ਦੀ ਜ਼ਿੱਦ ਉੱਤੇ ਆ ਕੇ ਦੌਲਤ ਦੀ ਖਾਤਰ ਉਹ ਰਾਣੀ ਦੇ ਨਾਲ ਸ਼ਾਦੀ ਕਰ ਲੈਂਦਾ। ਔਰ ਅੰਜਮਨ ਨੇ ਇਸ ਫਿਲਮ ਦੇ ਅੰਦਰ ਅਸਵੇ ਮਾਮੂਲ ਇੱਕ ਤਵਾਇਫ ਦਾ ਰੋਲ ਕੀਤਾ ਜਿਸਦਾ ਨਾਮ ਬਿੱਲੋ ਆਉਂਦਾ ਹੈ। ਔਰ ਬਿੱਲੋ ਜਿਹੜੀ ਆਉਂਦੀ ਹੈ ਉਹ ਅੱਛੂ ਦੇ ਨਾਲ ਪਿਆਰ ਕਰਦੀ ਹੈ, ਜਦਕਿ ਅੱਛੂ ਉਹਦੇ ਨਾਲ ਪਿਆਰ ਨਹੀਂ ਕਰਦਾ। ਔਰ ਨੰਨੇ ਨੇ ਇਸ ਫਿਲਮ ਦੇ ਅੰਦਰ ਕਾਮੇਡੀ ਰੋਲ ਕੀਤਾ ਹੈ, ਔਰ ਨਾਜ਼ਲੀਅਤ ਦਾ ਸ਼ੋਰ ਹੁੰਦਾ ਹੈ, ਔਰ ਉਹਦੀ ਇਹ ਖੁਆਇਸ਼ ਹੁੰਦੀ ਹੈ ਕਿ ਨਾਜ਼ਲੀ ਜਿਹੜੀ ਕਿ ਨਾਰਾਜ਼ ਹੋ ਕੇ ਆਪਣੇ ਮਾਂ ਦੇ ਘਰ ਬੈਠੀ ਹੁੰਦੀ ਹੈ ਉਹ ਉਹਦੇ ਨਾਲ ਘਰ ਜਾਏ। ਲੇਕਿਨ ਚੂੰਕਿ ਨੰਨਾ ਇੱਕ ਗਰੀਬ ਇਨਸਾਨ ਹੁੰਦਾ ਹੈ ਔਰ ਉਸਦੇ ਮਾਂ ਦੇ ਖਿਆਲਾਤ, ਨਾਜ਼ਲੀ ਦੇ ਖਿਆਲ ਅਤੇ ਉਹਦੇ ਭੈਣ ਦੇ ਖਿਆਲ ਬਹੁਤ ਹੀ ਉੱਚੇ ਹੁੰਦੇ ਨੇ, ਇਸ ਵਾਸਤੇ ਉਹ ਆਪਣੀ ਧੀ ਨੂੰ ਉਹਦੇ ਘਰ ਭੇਜਣਾ ਨਹੀਂ ਚਾਹੁੰਦੀ। ਆਖਰ ਨੰਨਾ ਬਹੁਤ ਕੋਸ਼ਿਸ਼ ਕਰਦਾ ਹੈ ਔਰ ਬੜੀ ਕੋਸ਼ਿਸ਼ ਤੋਂ ਬਾਅਦ ਆਖਰ ਆਪਣੀ ਬੀਵੀ ਨੂੰ ਇਸ ਗੱਲ 'ਤੇ ਰਾਜ਼ੀ ਕਰ ਲੈਂਦਾ ਔਰ ਉਹਨੂੰ ਆਪਣੇ ਘਰ ਲੈ ਕੇ ਚਲਾ ਜਾਂਦਾ। ਅੱਛੂ ਜਿਹੜਾ ਕਿ ਇੱਕ ਬਦਮਾਸ਼ ਹੁੰਦਾ ਹੈ ਔਰ ਉਹਦਾ ਪਿਓ ਜਿਹੜਾ ਹੁੰਦਾ ਉਹਦੇ ਕੋਲ ਸਖ਼ਤ ਨਫ਼ਰਤ ਕਰਦਾ ਹੈ। ਇੱਧਰ ਜਿਹੜਾ ਰਾਣੀ ਆਉਂਦੀ ਹੈ, ਰਾਣੀ 'ਤੇ ਬਹੁਤ ਜ਼ੁਲਮ ਆਉਂਦੇ ਨੇ ਕਿਉਂਕਿ ਉਹਦਾ ਮੀਆਂ ਵੀ ਉਹਨੂੰ ਪਸੰਦ ਨਹੀਂ ਕਰਦਾ, ਅਤੇ ਉਹਦਾ ਜਿਹੜਾ ਮੀਆਂ ਆਉਂਦਾ ਹੈ ਅਲੀ ਜਾਜ਼ ਖੁਰਮ, ਉਹ ਤਵਾਇਫ ਦੇ ਕੋਠੇ 'ਤੇ ਬਿੱਲੋ ਦੇ ਕੋਠੇ 'ਤੇ ਜਾਣਾ ਸ਼ੁਰੂ ਕਰ ਦਿੰਦਾ ਔਰ ਬਿੱਲੋ ਨੂੰ ਪਸੰਦ ਕਰਦਾ, ਜਦਕਿ ਬਿੱਲੋ ਜਿਹੜੀ ਆਉਂਦੀ ਹੈ ਉਹ ਅੱਛੂ ਨੂੰ ਪਸੰਦ ਕਰਦੀ ਹੈ। ਔਰ ਇਸ ਤਰ੍ਹਾਂ ਗੇਮ ਚੱਲ ਰਹੀ ਹੁੰਦੀ ਹੈ। ਜਿਹੜਾ ਅਲੀ ਜਾਜ਼ ਹੁੰਦਾ ਉਹ ਆਪਣੀ ਬੀਵੀ 'ਤੇ ਬੜਾ ਜ਼ੁਲਮ ਕਰਦਾ, ਉਹਦੇ ਮਾਂ ਪਿਓ ਨੇ ਉਹ ਵੀ ਰਾਣੀ 'ਤੇ ਬੜਾ ਜ਼ੁਲਮ ਕਰਦੇ ਨੇ, ਅਲੀਅਸ ਕਸ਼ਮੀਰੀ ਰਾਣੀ ਦੇ ਨਾਲ ਹਮਦਰਦੀ ਕਰਦਾ, ਲੇਕਿਨ ਉਹ ਇਤਨਾ ਤੰਗ ਆਉਂਦਾ ਕਿ ਆਖਿਰਕਾਰ ਉਹਨੂੰ ਦਿਲ ਦਾ ਦੌਰਾ ਪੈਂਦਾ ਔਰ ਇਸ ਦੌਰੇ ਦੇ ਦੌਰਾਨ ਉਹ ਫੋਤ ਹੋ ਜਾਂਦਾ। ਜੂ ਹੀ ਉਹ ਫੋਤ ਹੁੰਦਾ ਮੁਮਤਾਜ਼ ਨੂੰ ਘਰੋਂ ਘੱਟ ਦਿੱਤਾ ਜਾਂਦਾ ਔਰ ਉਹ ਪਿਓ ਦੇ ਘਰ ਜਾਂਦੀ ਹੈ। ਪਿਓ ਨੂੰ ਜਦੋਂ ਪਤਾ ਚੱਲਦਾ ਉਹ ਆ ਕੇ ਮਿੰਨਤਾਂ ਕਰਦਾ ਲੇਕਿਨ ਉਹਦੀ ਗੱਲ ਕੋਈ ਨਹੀਂ ਸੁਣਦਾ। ਔਰ ਇਸ ਫਿਲਮ ਦੇ ਅੰਦਰ ਇੱਕ ਸੀਨ ਬੜਾ ਹੀ ਜ਼ਬਰਦਸਤ ਹੈ, ਜਦੋਂ ਆਗਾ ਤਾਲਸ਼ ਆਪਣੀ ਧੀ ਨੂੰ ਮਿਲਣ ਆਉਂਦਾ ਅਤੇ ਉਹਨੂੰ ਉਹ ਬੇਇੱਜ਼ਤ ਕਰਕੇ ਘਰੋਂ ਕੱਢਦੇ ਨੇ। ਔਰ ਇਸ ਸੀਨ ਦੇ ਅੰਦਰ ਆਗਾ ਤਾਲਸ਼ ਨੇ ਐਸੀ ਜਜ਼ਬਾਤੀ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ ਕਿ ਲੋਕਾਂ ਨੂੰ ਉਸਨੇ ਰੁਲਾ ਦਿੱਤਾ ਹੈ। ਮੁਮਤਾਜ਼ ਦੀ ਐਕਟਿੰਗ ਨੇ ਲੋਕਾਂ ਨੂੰ ਰੁਲਾ ਦਿੱਤਾ ਹੈ ਔਰ ਆਪਣੇ ਦੌਰ ਦੀ ਬੜੀ ਸੁਪਰ ਦੁਪਰ ਹਿੱਟ ਫਿਲਮ ਸੀ। ਆਖਰ ਜਿਹੜਾ ਪਿਓ ਹੁੰਦਾ ਉਹ ਥੱਕ ਹਾਰ ਕੇ ਅੱਛੂ ਬਦਮਾਸ਼ ਕੋਲ ਜਾਂਦਾ ਹੈ। ਅੱਛੂ ਜਦੋਂ ਸੁਣਦਾ ਹੈ ਲੇਕਿਨ ਪਿਓ ਉਹਨੂੰ ਮਨ੍ਹਾ ਕਰਦਾ ਕਿ ਤੂੰ ਭਰਾ ਬਣ ਕੇ ਜਾਣਾ, ਬਦਮਾਸ਼ ਬਣ ਕੇ ਨਹੀਂ ਜਾਣਾ। ਅੱਛੂ ਬਹੁਤ ਕੋਸ਼ਿਸ਼ ਕਰਦਾ ਲੇਕਿਨ ਉਹ ਰਾਏ ਰਾਸਤੇ ਨਹੀਂ ਆਉਂਦੀ। ਆਖਰ ਉਹ ਬਿੱਲੋ ਨੂੰ ਕਹਿੰਦਾ ਕਿ ਤੂੰ ਖੁਰਮ ਨੂੰ ਉੱਥੇ ਬੇਇੱਜ਼ਤ ਕਰਕੇ ਕੱਢੇਂਗੀ। ਉਹ ਖੁਰਮ ਬੇਇੱਜ਼ਤ ਕਰਕੇ ਕੱਢਦਾ ਅਤੇ ਅੱਛੂ ਉਹਦੇ ਨਾਲ ਪਿਆਰ ਦਾ ਇਜ਼ਹਾਰ ਕਰਦਾ। ਅੱਛੂ ਜਿਹੜਾ ਆਉਂਦਾ ਉਹ ਖੁਰਮ ਨੂੰ ਚੁੱਕ ਕੇ ਲੈ ਜਾਂਦਾ ਔਰ ਪਸਤੌਲ ਦੇ ਜ਼ੋਰ 'ਤੇ ਉਹਨੂੰ ਮਿਲਾ ਲੈਂਦਾ। ਲੇਕਿਨ ਉਹਦਾ ਪਿਓ ਜਿਹੜਾ ਆਗਾ ਤਾਲਸ਼ ਉਹ ਸਮਝ ਰਿਹਾ ਹੁੰਦਾ ਕਿ ਉਹ ਇਹ ਉਹਨੂੰ ਗੋਲੀ ਮਾਰਨਾ ਚਾਹੁੰਦਾ। ਉਹ ਅੱਛੂ ਨੂੰ ਆਪਣੇ ਹੱਥੋਂ ਗੋਲੀ ਮਾਰ ਦਿੰਦਾ ਕਿਉਂਕਿ ਉਹ ਇਹ ਕਹਿੰਦਾ ਕਿ ਮੈਂ ਇਹੋ ਜਿਹੀ ਰਸਮ ਨਹੀਂ ਚੱਲਣ ਦਿਆਂਗਾ ਕਿ ਇੱਕ ਸਾਲਾ ਆਪਣੇ ਭੈਣੋਈ ਨੂੰ ਕਤਲ ਕਰੇ ਜਾਂ ਉਹਨੂੰ ਮਾਰੇ। ਔਰ ਅੰਜਮਨ ਦਾ ਬੜਾ ਇੱਛਾ ਕੰਮ ਹੈ, ਬੜੀ ਜ਼ਬਰਦਸਤ ਫਿਲਮ ਹੈ ਔਰ ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਹੈ। ਅਦਾਇਤਕਾਰ ਅਲਤਾਫ ਹਸਾਨ ਨੇ ਬੜਾ ਹੀ ਅੱਛਾ ਕੰਮ ਲਿੱਤਾ ਹੈ ਔਰ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਬੜੀ ਹੀ ਜ਼ਬਰਦਸਤ ਕਹਾਣੀ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪਿਆਰਾ ਜਿਹਾ ਕਮੈਂਟਸ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।